गरीबी शब्द जिन्ना कहना सौखा है उसनों हंडाउना उन्ना ही औखा है। गरीबी इंसान तो की कुछ नहीं करवा देंदे, कई बार यह बच्चियां तो उसका बचपन खो लेंदी है। इसी तरह होया मोगा दे 10 साल अमनदीप नाल, जो दोपहर दी तिखी धुप दे विच गली गली जा पिंड पिंड जा चादरां बेच रहा है परिवार दे 5 लोगों का ढिड भरन दे लई। पहला देखो कुछ तस्वीरां। दस साल की छोटी उम्र 45 डिग्री तापमान तिखी तेज धुप दे विच गलियां ते मोहल्लियां दे विच फेरी लगा के चादरां वेचण नूं मजबूर है मासूम। पापी ढिड की भुख कारण कई बार मासूम बचपन गवा बैठते ने। इसे तरह हो रहा है अमनदीप दे नाल। जी हाँ, ਇਹ ਬੱਚਾ 10 ਸਾਲ ਦਾ ਹੈ। ਅਮਰਦੀਪ ਖੁਦ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਇਸ ਦਾ ਕਹਿਣਾ ਹੈ ਕਿ ਦਿਨ ਦੇ ਵਿੱਚ 150 ਤੋਂ 200 ਰੁਪਏ ਦੇ ਵਿੱਚ ਇਹ ਕਮਾ ਲੈਂਦਾ ਅਤੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਹੈ। ਅਮਰਦੀਪ ਸਿੰਘ, ਤੇਰੇ ਡੈਡੀ ਕੀ ਕੰਮ ਕਰਦੇ ਆ? ਤੇ ਹੁਣ ਕੀ ਹੋਇਆ ਉਹਨਾਂ ਨੂੰ? ਹੁਣ ਕੀ ਹੋਇਆ? ਬਿਮਾਰ ਆ। ਘਰ ਵਿੱਚ ਕਿੰਨੇ ਜੀ ਆ ਤੁਸੀਂ? 5 ਆ। ਤੇ ਉਹ ਤੇ ਇੱਥੋਂ ਛੋਟੇ ਆ? ਛੋਟੇ ਆ ਕਿ ਵੱਡੇ ਆ? ਛੋਟੇ ਆ। ਤੇ ਉਹਨਾਂ ਦੀ ਰੋਟੀ ਵਾਸਤੇ ਤੂੰ ਕੰਮ ਕਰਦਾ ਵਾ? ਤੇ ਕਿੰਨੇ ਕੁ ਦਿਹਾੜੀ ਕਮਾ ਲੈਂਦਾ ਵਾ ਤੂੰ? 200-200। ਕਿੰਨੇ ਵਜੇ ਘਰੋਂ ਨਿਕਲਦਾ ਹੁੰਦਾ? ਤੇ ਫਿਰ ਦੁਪਹਿਰ ਦੀ ਰੋਟੀ ਕਿੱਥੋਂ ਖਾਂਦਾ? ਦੁਪਹਿਰ ਦੀ ਰੋਟੀ ਵਗੈਰਾ ਉੱਥੇ ਹੀ ਮੁਹੱਲੇ ਦੀਆਂ ਕੁਝ ਔਰਤਾਂ ਨੇ ਉਸਦੀਆਂ ਚਾਦਰਾਂ ਖਰੀਦੀਆਂ ਅਤੇ ਸਰਕਾਰ ਨੂੰ ਉਸਦੀ ਮਦਦ ਕਰਨ ਦੀ ਮੰਗ ਕੀਤੀ। ਪੇਸ਼ਾਵੇਂ ਫਿਰਦਾ ਵਾ ਅਤੇ ਉਹ ਕੰਮ 3 ਭੈਣ ਭਰਾ ਅਤੇ 2 ਮਾਂ ਪਿਓ 5 ਜੀਆਂ ਦਾ ਗੁਜ਼ਾਰਾ ਕਰਨ ਵਾਸਤੇ, ਕਦੇ ਕੁਛ ਵੇਚਦਾ ਕਦੇ ਕੁਛ ਵੇਚਦਾ, ਅਤੇ ਧੁੱਪੇ ਬਹੁਤ ਫਿਰਦਾ ਬੱਚੇ ਦੀ ਪੜ੍ਹਾਈ ਦਾ, ਅਤੇ ਕੁਛ ਇਹਨਾਂ ਦਾ ਖਰਚਾ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। ਬੱਚਾ ਫਿਰ ਪੜ੍ਹੂਗਾ ਤਾਂ ਹੀ, ਜੇ ਉਹਦੇ ਕੁਛ ਪੱਲੇ ਹੋਊਗਾ ਤਾਂ ਹੀ ਬੱਚਾ ਪੜ੍ਹ ਸਕਦਾ। ਕਿਉਂ ਵੇਚਦਾ, ਕਾਹਤੋਂ ਵੇਚਦਾ, ਇਹ ਪੁੱਛਿਆ ਸੀ ਤੁਸੀਂ? ਹਾਂਜੀ, ਉਹ ਕਹਿੰਦਾ ਮੇਰੇ ਡੈਡੀ ਬਿਮਾਰ ਹੈ ਅਤੇ ਮੇਰੇ ਕੋਲ ਸਾਡੇ ਕੋਲ ਖਰਚਾ ਵੀ ਨਹੀਂ ਹੁੰਦਾ ਇੰਨਾ, ਤਾਂ ਕਰਕੇ ਵੇਚਦਾ। ਹਾਂਜੀ। ਤੇ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਇਹਦੇ ਲਈ? ਇਹਦੇ ਲਈ ਪੈਸੇ ਦੇ, ਇਹਦੀ ਪੜ੍ਹਾਈ ਲਈ ਪੈਸਾ ਚਾਹੀਦਾ, ਮਦਦ ਕੀਤੀ ਜਾਵੇ। ਮਦਦ ਕੀਤੀ ਜਾਵੇ। ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਬੱਚਾ ਪੜ੍ਹਦਾ ਜ਼ਰੂਰ ਹੈ ਪਰ ਘਰ ਦੀ ਮਜਬੂਰੀਆਂ ਦੇ ਕਾਰਨ ਉਸਨੂੰ ਇਹ ਕੰਮ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਚਾਹੁੰਦੇ ਨੇ ਕਿ ਸਰਕਾਰ ਉਸਦੀ ਮਦਦ ਕਰੇ। ਤੇ ਸਰਕਾਰ ਵੱਲੋਂ ਵੀ ਇਹਦੀ ਕੋਈ ਮਦਦ ਕੀਤੀ ਜਾਵੇ। 5 ਭੈਣ ਭਰਾ ਹੈ। ਕਿਉਂ ਵੇਚਦਾ? ਡੈਡੀ ਕੋਈ ਕੰਮ ਨਹੀਂ ਕਰਦੇ? ਹਾਂਜੀ, ਇਹ ਕਹਿੰਦੇ ਡੈਡੀ ਬਿਮਾਰ ਰਹਿੰਦੇ ਮੇਰੇ, ਤਾਂ ਕਰਕੇ 5 ਜਣੇ ਦਾ ਵਿਚਾਰਾ ਇਹ ਗੁਜ਼ਾਰਾ ਚੁੱਕਦਾ, ਕਿਤੇ ਚੀਜ਼ ਵਿਕਦੀ ਕਿਤੇ ਨਹੀਂ ਵਿਕਦੀ ਇਹਦੀ, ਅਤੇ ਵੀ ਸਰਕਾਰ ਇਹਦੀ ਮਦਦ ਕਰਦੀ ਵੀ। ਗਰੀਬੀ ਇਨਸਾਨ ਤੋਂ ਕਈ ਵਾਰ ਬਹੁਤ ਕੁਝ ਖੋ ਲੈਂਦੀ ਹੈ ਪਰ ਇਸ ਮਾਸੂਮ ਤੋਂ ਇਸਦਾ ਬਚਪਨ ਗਰੀਬੀ ਖੋ ਰਹੀ ਹੈ। ਪਿਓ ਬਿਮਾਰ ਹੈ, ਇਸ ਕਾਰਨ ਮਜਬੂਰਨ ਇਸ ਬੱਚੇ ਨੂੰ ਗਲੀ ਮੁਹੱਲੇ ਜਾਂ ਚਾਦਰਾਂ ਵੇਚਣੀਆਂ ਪੈ ਰਹੀਆਂ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਮਨਦੀਪ ਦਾ ਹੱਥ ਫੜਦੀ ਹੈ ਜਾਂ ਫਿਰ ਨਹੀਂ। ਪਹਿਲਾਂ ਵੀ ਕਈ ਬੱਚਿਆਂ ਦੀ ਇਸ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ, ਸਰਕਾਰ ਨੇ ਉਹਨਾਂ ਦੀ ਮਦਦ ਕੀਤੀ। ਹੁਣ ਅਮਨਦੀਪ ਦੀ ਸਰਕਾਰ ਵਾਂ ਫੜਦੀ ਹੈ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਮੋਗਾ ਤੋਂ ਜਸ ਵਰਮਾ ਦੀ ਰਿਪੋਰਟ।